ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਮਿੱਡਾ ਵਿੱਚ ਨਸ਼ਾ ਤਸਕਰ ਦੇ ਘਰ ਨੂੰ ਕੀਤਾ ਗਿਆ ਸੀ ਲਗਾਇਆ ਨੋਟਿਸ। ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੌਰ ਯਾਦਵ IPS DGP ਪੰਜਾਬ ਵੱਲੋਂ ਨਸ਼ਾ ਖਰਾਤਰਾਈ ਮੁਹਿੰਮ, ਸ਼੍ਰੀ ਭਾਗੀਰਾ ਸਿੰਘ ਮੀਣਾ IPS SSP ਸ਼੍ਰੀ ਮੁਕਤਸਰ ਸਾਹਿਬ ਵੱਲੋਂ ਵੱਖ ਵੱਖ ਪੁਲਿਸ ਟੀਮਾਂ ਬਣਾ ਕੇ ਲੋਕਾਂ ਨੂੰ ਨਸ਼ਾ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉੱਥੇ ਹੀ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਉਹਨਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸ਼੍ਰੀ ਜਸਪਾਲ ਸਿੰਘ DSP ਲੰਬੀ ਅਤੇ SI ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਵੱਲੋਂ ਪਿੰਡ ਮਿੱਡਾ ਦੇ ਸ਼ਰਮਾ ਰਾਮ ਪੁੱਤਰ ਭੋਲਾ ਰਾਮ ਦੇ ਘਰ ਦੇ ਬਾਹਰ ਘਰ ਨੂੰ ਸੀਲ ਕਰਨ ਸੰਬੰਧੀ ਨੋਟਿਸ ਲਾਇਆ ਗਿਆ ਹੈ। ਇਸ ਮੌਕੇ DSP ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਤਨਦੇਹੀ ਨਾਲ ਕੰਮ ਕਰ ਰਹੀ ਹੈ, ਜਿਸ ਤਹਿਤ ਜਿਹੜੇ ਬਦਨਾਮ ਵਿਅਕਤੀ ਹਨ ਜੋ ਨਸ਼ਿਆਂ ਦਾ ਕਾਰੋਬਾਰ ਕਰਦੇ ਹਨ, ਜਿਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਨਸ਼ੇ ਫੜੇ ਗਏ ਹਨ, ਉਹਨਾਂ 'ਤੇ ਮੁਕੱਦਮੇ ਦਰਜ ਕੀਤੇ ਗਏ ਹਨ। ਉਹਨਾਂ ਦੀ ਪ੍ਰਾਪਰਟੀ ਦੇ ਕਾਗਜ਼ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜ ਕੇ ਉਸ ਪ੍ਰਾਪਰਟੀ ਨੂੰ ਸੀਲ ਕਰਵਾਇਆ ਜਾ ਰਿਹਾ ਹੈ। ਆਓ ਦੇਖਦੇ ਹਾਂ ਜਸਪਾਲ ਸਿੰਘ DSP ਲੰਬੀ ਨੇ ਪੂਰਾ ਵੇਰਵਾ ਦਿੰਦੇ ਹੋਏ ਕੀ ਆਖਿਆ। ਪੰਜਾਬ ਸਰਕਾਰ ਤੇ ਸਾਡੇ ਮਾਨਯੋਗ DGP ਸਾਹਿਬ ਪੰਜਾਬ ਦੀਆਂ ਯੋਗ ਹਦਾਇਤਾਂ ਤੇ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਅਤੇ ਮਾੜੇ ਅੰਸਰਾਂ ਨੂੰ ਕਾਬੂ ਕਰਨ ਦੇ ਲਈ ਔਰ ਨਸ਼ਾ ਤਸਕਰਾਂ ਵੱਲੋਂ ਜਿਹੜੀ ਪਿਛਲੇ 5 ਸਾਲਾਂ ਦੌਰਾਨ ਨਸ਼ਾ ਤਸਕਰੀ ਕਰਕੇ ਨਸ਼ੇ ਦਾ ਵਪਾਰ ਕਰਕੇ ਜਿਹੜੀ ਪ੍ਰੋਪਰਟੀ ਬਣਾਈ ਗਈ ਹੈ ਉਹਨੂੰ ਕੰਪੀਟੈਂਟ ਅਥਾਰਟੀ ਤੋਂ ਸੀਜ਼ ਕਰਨ ਦੇ ਲਈ ਪੂਰੇ ਪੰਜਾਬ ਦੇ ਵਿੱਚ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਸੇ ਲੜੀ ਦੇ ਵਿੱਚ ਅਸੀਂ ਸਾਡੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਮਾਨਯੋਗ SSP ਸਾਹਿਬ ਸ਼੍ਰੀ ਭਾਗੀਰਥ ਸਿੰਘ ਜੀ ਮੀਣਾ ਦੀਆਂ ਯੋਗ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਜਿਹੜੇ ਹੈਗੇ ਅੱਜ ਪਿੰਡ ਮਿੱਡੇ ਪੁੱਜੇ ਹਾਂ। ਇੱਥੇ ਜਿਹੜਾ ਸੀਗਾ ਸ਼ਰਮਾ ਰਾਮ ਜਿਹਦੇ ਉੱਪਰ ਜਿਹੜੇ ਹੈਗੇ ਆ ਨਸ਼ਾ ਤਸਕਰੀ ਦੇ ਕਈ ਮੁਕੱਦਮੇ ਦਰਜ ਹੈ। ਅਸੀਂ ਜਿਹੜੀ ਉਹਦੀ ਪਿਛਲੇ 5-6 ਸਾਲਾਂ ਦੇ ਵਿੱਚ ਉਹਨੇ ਨਸ਼ੇ ਦਾ ਵਪਾਰ ਕਰਕੇ ਜਿਹੜੀ ਵੀ ਉਹਨੇ ਪ੍ਰੋਪਰਟੀ ਬਣਾਈ ਸੀ, ਅਸੀਂ ਉਹਦੀ ਜਿਹੜੀ ਪ੍ਰੋਪਰਟੀ ਹੈ ਉਹ ਦਿੱਲੀ ਕੰਪੀਟੈਂਟ ਅਥਾਰਟੀ ਤੋਂ ਜਿਹੜੀ ਫਰੀਜ਼ ਕਰਵਾਈ ਹੈ ਅਤੇ ਉਹ ਫਰੀਜ਼ ਕਰਵਾਉਣ ਉਪਰੰਤ ਅਸੀਂ ਜਿਹੜੇ ਪਿੰਡ ਦੇ ਮੈਂਬਰ ਪੰਚਾਇਤ ਨੇ ਜਾਂ ਹੋਰ ਮੋਹਤਬਰ ਪੁਰਸ਼ਾਂ ਦੇ ਸਾਹਮਣੇ ਦੇ ਘਰ ਦੇ ਅੱਗੇ ਨੋਟਿਸ ਲਾਇਆ ਅਤੇ ਇਸ ਪ੍ਰੋਪਰਟੀ ਨੂੰ ਅੱਗੇ ਤੋਂ ਜਿਹੜੀ ਹੈਗੀ ਹੈ ਇਹਨੂੰ ਨਾ ਵੇਚ ਸਕੂਗਾ, ਕਿਸੇ ਕਿਸਮ ਦੀ ਕਾਰਵਾਈ ਨਹੀਂ ਕਰੂਗਾ। ਇਸ ਪ੍ਰੋਪਰਟੀ ਨੂੰ ਜਿਹੜਾ ਹੈਗਾ ਅੱਗੇ ਇਹਦਾ ਕੇਸ ਕੰਪੀਟੈਂਟ ਅਥਾਰਟੀ ਦਿੱਲੀ ਪਾਸ ਚੱਲਦਾ ਰਹੇਗਾ। ਦੇਖੋ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਸਾਡੇ ਵੱਲੋਂ ਇਹੀ ਚੇਤਾਵਨੀ ਹੈ ਕਿ ਜਿਹੜਾ ਉਹ ਨਸ਼ਾ ਤਸਕਰੀ ਦਾ ਧੰਦਾ ਹੈ ਉਹਨੂੰ ਬੰਦ ਕਰ ਦੇਣ, ਨਹੀਂ ਤਾਂ ਇਸੇ ਤਰ੍ਹਾਂ ਹੀ ਜਿਹੜੀ ਉਹਨਾਂ ਦੀ ਪ੍ਰੋਪਰਟੀ ਜਿਹੜੀ ਵੀ ਉਹ ਨਸ਼ਾ ਤਸਕਰੀ ਕਰਕੇ ਬਣਾਉਣਗੇ ਇਸੇ ਤਰ੍ਹਾਂ ਹੀ ਫਰੀਜ਼ ਕਰਾਈ।